ਇਹਦਾ ਨੰਬਰ ਬਰਗਰ ਵਾਲੇ ਦਾ ਨੰਬਰ ਹੈ ਨਹੀਂ ਆ ਉਹਦਾ ਨੰਬਰ ਨਹੀਂ ਆਦਾ ਮੇਰੇ ਕੋਲ ਯਾਰ ਕਹਿਣ ਤੇ ਨਹੀਂ ਬੱਲੇ ਚੋਰ ਫੜਿਆ ਗਿਆ ਕਹਿ ਕੌਣ ਦੱਸਦੇ ਆ ਬਰਗਰ ਮੰਗਣ ਨਹੀਂ ਹੈ ਕਿੰਨੇ ਟਾਈਮ ਬਾਅਦ ਤਲਾ डॉक्टर साड़ा घर का बंदा अपना वा आन के मेरे कमरे च रोन लग पे ਕਹਿੰਦੇ ਛੇਤੀ ਡਾਕਟਰ ਨੂੰ ਆਵਾਜ਼ ਮਾਰ ਮੇਰੇ ਸਿਰ ਨੂੰ ਪੀੜ ਹੋਣ ਡਈ ਮੰਮੀ ਦੇ ਸਿਰ ਨੂੰ ਪੀੜ ਹੋਣ ਲੱਗ ਪਈ ਜਗਦਾਂ ਵਿਚਾਰੇ ਰੋਂਦੇ ਰੋਂਦੇ ਮੇਰੇ ਕਮਰੇ ਵਿੱਚ ਆਏ ਕਹਿੰਦੇ ਦੀਪੂ ਮੇਰੇ ਸਿਰ ਨੂੰ ਕੁਛ ਹੋਇਆ ਮੇਰਾ ਸਿਰ ਪਾੜ ਚੱਲਿਆ ਦਵਾਈ ਲਿਆਂਦੇ ਛੇ ਦਿਨ ਰੋਟੀ ਪਾਣੀ ਕੋਈ ਨਹੀਂ ਖਾਂਦੇ ਹੁੰਦੇ ਵਿਚਾਰੇ ਦਵਾਈ ਖਾਧੀ ਮੰਮੀ ਨਹੀਂ ਖਾਧੀ ਫਿਰ ਪਿਆ ਹੁਣ ਕਿੱਦਾਂ ਮੰਮੀ ਸਿਹਤ ਠੀਕ ਹੈ ਫਰਕ ਅੱਗੇ ਨਾ ਜੇ ਬੋਲਦੀ ਹੈ ਜੇ ਹੁੰਦੀ ਹੈ ਮੰਮੀ ਛੱਲੀਆਂ ਵਿਚਾਰੇ ਭੁੰਨ ਕੇ ਲੈਂਦੇ ਹਨ ਲੱਗੇ ਸਾਨੂੰ ਤੁਸੀਂ ਖਾ ਲਓ ਆਪਣੇ ਜਿਹੀ ਇੱਕ ਅੱਧੀ ਨਾ ਭੁੰਨ ਬਹੁਤੀਆਂ ਅੱਛਾ ਧਿਆਨ ਹੱਥ 'ਚ ਨਾ ਵੱਜੇ ਮੰਮੀ ਹੱਥ 'ਚ ਨਾ ਵੱਜੇ ਪੇਸ਼ਕਸ ਛੱਲੀ ਖਾਣੀ ਪਾਓ ਖਾਣੀ ਚੀਜ਼ ਤੋਤੇ ਨੂੰ ਟੁੱਕਣੀ ਛੱਲੀ ਬੋਲਦੀ ਨਹੀਂ ਛੱਲੀ ਖਾਣੀ ਤੋਤੇ ਨੇ ਤੋਤੇ ਨੇ ਖਾਣੀ ਚੀਜ਼ संदीप को दुध गर्म कर दी ये फिर रात में सौन नहीं दी संदीप नूं संदीप ही उठ उठ के दुध पिंदी है ते फिर इस करके रात सौंदी नहीं ज्यादा फिर हुण सुती है फिलहाल आखिया चल थोड़ा घड़ी सौं जाए टुकी तो जानी नहीं बस ओदा दंदा नूं एवें भड़काई जांदी है बोड़ी हैं खादा जाना नहीं तू कुछ बस ओ टुकिया नहीं गया नसां लिबड़ गईं लैन वे सवाल लगी छली ओनू तेन पता लग गया कड़ी कड़ी चीज तेन पता लग गया कड़ी चीज आ पिछले जिहड़ा मैं ब्लॉग बनाया कुछ सवाल जिहड़े गड्डी बारे क्लियर किए थे बड़े वधिया कमेंट आए सारे जणे सो धन्नवाद यार है ना परमात्मा चढ़दी कला च रखे जिन्होंने इन्नी सोहनी कमेंट की यार बाबा नानक मेहर रखे तुहाडे सारे ने कमेंट जिहड़े मैं पढ़े हैगे कुछ कुछ चो गलत भी चलो कोई गल नहीं उन्होंने बाबा नानक खुश रखे जी तो करते हैं करना बस गल बात फिलहाल साड़ी गुड़िया जी हो रही है जी सो पहला सवाल है जो काफ़ी मैं कमेंट भी पढ़े सके भी वीरे थोड़े घर आ गए इदा चलो है ना कोई गल नहीं घर आ गए फिर मैं घर वाड़ लिया भी चलो आओ कोई गल नहीं है भावें दुश्मन वैरी भी हो साड़ी दादी बाबे ने समझाया भी कोई गल नहीं दुश्मन वैरी भी होने चाह पानी प्याल के घलना ठीक है तो तुम्हें मेरिया गल् सारिया है ना जी बाकी माड़िया लगदियाँ ये नहीं तीन गल मेरी हाईलाइट कर दे भी जो मैं कहना भी हाँ भी चाह पानी पी के जाए प्रशादा छक के जायो ये गलों तो तीन मेरिया लिखा ही जाते जी यार जिद मैं भी गल कही भी हाँ भी प्रशादा छक के जायो एक मिनट रुको मैं ठंडा चाह पानी लेके आना कोई गल नहीं है ये तो गल ये भी जिन्हें भी सबसक्राइबर ने जो मेरे इंस्टाग्राम के व्यूवर्स ने जोड़े ठीक है मेरे घर आए मैं कभी भी किसी ने चाह पानी तो बिना नहीं मोड़िया मेरा हंकार नहीं है वो महाराज ने चलो उन्होंने दाना पानी जिथे लिखा उन्होंने मिल ही जाना है कोई दिक्कत वाली गल नहीं परमात्मा ने पिट लगन दिता दुनिया
ਕੁਝ ਕੁ ਜਿਹੜੇ ਲੋਕ ਨੇ ਜਿਹੜੇ ਨਹੀਂ ਪਿਆਰ ਕਰਦੇ ਉਹ ਪਿੱਠ ਲਵਾਜਣਗੇ, ਬਾਕੀ ਜਿਹੜੇ ਤੁਹਾਡੇ ਵਰਗੇ ਦੋ ਚਾਰ ਭਰਾ ਜਿਹੜੇ ਪਿਆਰ ਕਰਨ ਵਾਲੇ ਨੇ ਉਹ ਪਿੱਠ ਨਹੀਂ ਮੇਰੀ ਲੱਗਣ ਦਿੰਦੇ, ਅਤੇ ਬਾਕੀ ਜਿਉਂਦਾ ਰਹੇ ਬਾਪੂ ਜਿਹੜਾ 24 ਘੰਟੇ ਨਾਲ ਖੜਦਾ ਹੈ ਮੇਰੇ, ਇੱਦਾਂ ਦਾ ਯਾਰ ਸਿੰਪਲੀ ਬਸ। ਹਾਂ ਬਈ ਇਹ ਦੂਜੀ ਗੱਲ ਤੁਸੀਂ ਕਹਿੰਦੇ ਜੇ ਵਲੋਗਾਂ ਵਿੱਚ ਵੀ ਸੰਦੀਪ ਜਿਹੜੀ ਆ ਬਹੁਤ ਘੱਟ ਬੋਲਦੀ ਆ, ਠੀਕ ਆ, ਇਸੇ ਕਰਕੇ ਉਹ ਘੱਟ ਬੋਲਦੀ ਆ ਵੀ ਹਾਂ ਵੀ ਨਹੀਂ ਮੈਂ ਵੀਡੀਓ 'ਚ ਨਹੀਂ ਬੋਲਣਾ ਹੈਗਾ ਤੈਨੂੰ, ਮੁੜ ਕੇ ਆਹ ਜਿਹੜੇ ਦੋ ਚਾਰ ਜਣੇ ਬੜੀ ਛੇਤੀ ਮੁੱਦਾ ਬਣਾ ਦਿੰਦੇ ਆ ਵੀ ਇਉਂ ਹੋ ਗਿਆ ਜੀ ਜਿਉਂ ਹੋ ਗਿਆ, ਉਹ ਤਾਂ ਘੱਟ ਬੋਲਦੀ ਆ। ਪੈਂਦਾ ਮੁੱਕਦੀ ਗੱਲ ਇਹ ਆ ਵੀ ਮਾੜੇ ਬੰਦੇ 'ਤੇ ਜਿਹੜਾ ਨਹੀਂ ਆ ਉਹ ਜ਼ੋਰ ਪੈਂਦਾ ਆ ਇੱਥੇ ਸਾਰੇ ਜਾਣਿਆਂ ਦਾ, ਠੀਕ ਆ ਵੀ, ਚਲੋ ਕੋਈ ਗੱਲ ਨਹੀਂ ਆ ਵੀ ਕਿੰਨਾ ਕੁ ਚਿਰ ਜ਼ੋਰ ਚੱਲ ਜੂਗਾ, ਪਰਮਾਤਮਾ ਤੋਂ ਡਰ ਕੇ ਜਾਣਾ ਚਾਹੀਦਾ। ਹੁਣ ਕੁਝ ਉਹ ਸਬਸਕ੍ਰਾਈਬਰ ਨੇ ਜਿਹੜੇ ਟਾਈਮ ਕੱਢ ਕੇ ਕਮੈਂਟ ਕਰਦੇ ਨੇ ਚੰਗੇ ਚੰਗੇ, ਅਤੇ ਅੱਜ ਮੈਂ ਸੋਚਿਆ ਉਹਨਾਂ ਦਾ ਵੀ ਜ਼ਰੂਰ ਰਿਪਲਾਈ ਕਰਨਾ ਚਾਹੀਦਾ ਆ, ਹੈ ਨਾ, ਉਹਨਾਂ ਦੇ ਕਮੈਂਟਾਂ ਦਾ ਵੀ ਜਵਾਬ ਦੇਣਾ ਚਾਹੀਦਾ ਹੈ। ਅਤੇ ਸੋ ਹੁਣ ਆਪਾਂ ਸਟਾਰਟਿੰਗ ਕਰਦੇ ਹਾਂ। ਕਮੈਂਟ ਆਇਆ ਵੀ ਗਿਰੀ ਦਾ ਤੇਲ ਲਗਾਇਆ ਕਰੋ ਹਰਗੁਣ ਦੇ ਸਿਰ ਦੇ ਉੱਤੇ, ਅਤੇ ਆਪਾਂ ਜਿੱਥੇ ਗਏ ਸੀਗੇ ਗੁਰਦੁਆਰਾ ਸਾਹਿਬ ਉੱਥੇ ਤੁਹਾਨੂੰ ਪਤਾ ਉੱਧਰ ਗਿਰੀ ਦਾ ਤੇਲ ਜਿਹੜਾ ਕਾਫੀ ਸਸਤਾ ਆ, ਅਤੇ ਇਹ ਲੈ ਕੇ ਆਪਾਂ ਵਧੀਆ ਹੀ ਆਏ ਵੈਸੇ, ਅਤੇ ਉਹ ਲਗਾਈਦਾ ਪਰ ਐਡਾ ਜ਼ਿਆਦਾ ਕੁਝ ਫਰਕ ਨਹੀਂ ਪਿਆ ਵੀ, ਲਗਾਈਦਾ ਜ਼ਰੂਰ ਆ, ਹੁਣ ਆਉਣੇ ਸ਼ੁਰੂ ਹੋ ਜਾਏ ਵੀ। ਇਹ ਨਾ ਸਿਰ ਬੜਾ ਐਂ ਕਰਕੇ ਘੁੰਮਾਉਂਦੀ, ਉਹ ਫਿਰ ਨਾ ਇੱਥੋਂ ਜਿਹੜੇ ਨਾ ਵਾਲ ਜਿਹੜੇ ਨਹੀਂ ਬਿਲਕੁਲ ਖਤਮ ਹੋ ਜਾਂਦੇ, ਪਤਲੇ ਬੜੇ ਟੁੱਟਦੇ ਜਾਂਦੇ ਨਾਲੋਂ ਨਾਲ ਹੀ। ਹੁਣ ਆਹ ਦੀਦੀ ਦਾ ਕਮੈਂਟ ਆਇਆ ਹੋਇਆ ਵੀ ਪਤਾ ਨਹੀਂ ਲੋਕ ਕਿਉਂ ਰੋਸਟ ਕਰਦੇ ਆ, ਚਲੋ ਕੋਈ ਕਹਿੰਦੇ ਦੀਦੀ ਕਰ ਦਿੰਦੇ ਆ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਆ। ਇੱਕ ਦੀਦੀ ਕਹਿੰਦੇ ਮੇਰੇ ਨਾ ਹਸਬੈਂਡ ਜਿਹੜੇ ਸੇਲ ਪਰਚੇਜ ਦਾ ਕੰਮ ਕਰਦੇ, ਤੁਸੀਂ ਉਹਨਾਂ ਦੇ ਕੋਲੋਂ ਗੱਡੀ ਲੈ ਲਓ ਬਟਾਲੇ ਗੁਰਦਾਸਪੁਰ 'ਚ, ਅਤੇ ਹੁਣ ਗੱਡੀ 'ਤੇ ਜਿਹੜੀ ਉਹ ਆਪਾਂ ਬੁੱਕ ਕਰਵਾਲੀ ਐਮ ਜੀ, ਅਤੇ ਐਮ ਜੀ ਸ਼ੋਰੂਮ ਦੇ ਵਿੱਚੋਂ, ਅਤੇ ਚਲੋ ਕੋਈ ਗੱਲ ਨਹੀਂ, ਜੇ ਮੇਰੇ ਜੀਜਾ ਜੀ ਹੋਣਾ ਨੇ ਉੱਦਾਂ ਗੱਡੀ ਲੈਣੀ ਆ ਵੀ ਹੋ ਸਕਿਆ, ਅਤੇ ਉਹਨਾਂ ਨੂੰ ਮੈਂ ਗੱਡੀ ਜਿਹੜੀ ਨਹੀਂ ਦਵਾ ਦਿਆਂਗਾ, ਠੀਕ ਆ, ਤੁਹਾਡੇ ਕੋਲ। ਇੱਕ ਵੀਰ ਦਾ ਇੱਕ ਭੈਣ ਦਾ ਕਮੈਂਟ ਆਇਆ ਵੀ ਤੁਸੀਂ i20 ਗੱਡੀ ਲੈ ਲਓ, i20 ਗੱਡੀ ਇਸ ਕਰਕੇ ਨਹੀਂ ਲੈ ਰਹੇ ਵੀ ਕਿਉਂਕਿ ਆਪਾਂ ਨੂੰ ਚਾਹੀਦੀ ਡਿੱਗੀ ਵਾਲੀ ਗੱਡੀ, ਕਿਉਂਕਿ ਉਹਦੇ ਵਿੱਚ ਸਮਾਨ ਆ ਜਾਂਦਾ ਕਾਫੀ ਸਾਰਾ, ਅਤੇ ਇਸ ਕਰਕੇ ਆਪਾਂ i20 ਗੱਡੀ ਜਿਹੜੀ ਨਹੀਂ ਆ ਉਹ ਨਹੀਂ ਲੈ ਰਹੇ। ਆਹ ਦੀਦੀ ਹੋਣਾਂ ਦਾ ਕਮੈਂਟ ਆਇਆ, ਦੀਦੀ ਹੋਣੀ ਕਹਿੰਦੇ ਨਾ ਤੁਸੀਂ ਕੋਈ ਗੰਦ ਬੋਲਦੇ ਜੇ ਘਰ ਦੇ ਵਿੱਚ ਨੋਰਮਲੀ ਵਲੋਗਿੰਗ ਕਰਦੇ ਜੇ, ਅਤੇ ਉਹ ਗੱਲ ਦੀਦੀ ਮਾੜੇ ਬੰਦੇ ਉੱਤੇ ਜ਼ੋਰ ਪਾਉਂਦਾ ਹਰ ਕੋਈ, ਚਲੋ ਕੋਈ ਗੱਲ ਨਹੀਂ। ਇਹ ਤਾਂ ਗੱਲ ਹੈਗੀ ਦੀਦੀ ਜੀ, ਪੰਜਾਬੀ ਬੰਦਾ ਪੰਜਾਬੀ ਨੂੰ ਅੱਗੇ ਨਹੀਂ ਵਧਣ ਦਿੰਦਾ ਵੀ, ਇਹ ਤਾਂ ਗੱਲ ਤੁਹਾਡੀ ਬਿਲਕੁਲ ਸਹੀ ਆ ਵੀ। ਉਹ ਕਹਿੰਦੇ ਨੇ ਵੀ ਘਰ ਪੁੱਟਣ ਵਾਸਤੇ ਨਾ ਆਪਣਾ ਜਿਹੜਾ ਨਾਲ ਦਾ ਸਾਥੀ ਹੁੰਦਾ ਨਾ ਜਿਹੜਾ ਉਹ ਪੁੱਟ ਜਾਂਦਾ ਹੁੰਦਾ ਘਰ, ਅਤੇ ਉਹ ਹਿਸਾਬ ਕਿਤਾਬ ਆ, ਬੇਗਾਨਾ ਬੰਦਾ ਨਹੀਂ ਮਾਰਦਾ ਵੀ, ਆਪਣੇ ਮਾਰ ਦਿੰਦੇ ਹਮੇਸ਼ਾ ਦੀਦੀ। ਹੁਣ ਤਾਂ ਤੁਹਾਨੂੰ ਪਤਾ ਜਿੰਨੀਆਂ ਕੁ ਠੋਕਰਾਂ ਖਾ ਲਈਆਂ ਵਾ, ਪਰਮਾਤਮਾ ਨੇ ਥੋੜ੍ਹੀ ਬਹੁਤੀ ਅਕਲ ਦੇ ਦਿੱਤੀ ਹੈ, ਬਾਕੀ ਹੌਲੀ ਹੌਲੀ ਠੋਕਰਾਂ ਖਾ ਖਾ ਕੇ ਆਈ ਜਾਂਦੀ ਬਸ। ਅਤੇ ਮੰਮੀ ਹੋਣੀ ਜਿਹੜੇ ਨੇ ਥੋਮ ਛੇਲ ਰਹੇ ਨਾਲੇ ਗੱਲਾਂ ਬਾਤਾਂ ਸੁਣਦੇ, ਕੋਈ ਗੱਲ ਨਹੀਂ, ਜਿਹੜਾ ਗਲਤ ਹੁੰਦਾ ਹੋ ਲੈਂਦੇ ਵੇ, ਤੈਨੂੰ ਕਿੰਨੇ ਜਾਣੇ, ਜੇ ਥੋੜ੍ਹੇ ਜਾਣੇ ਤੇਰੇ ਨਹੀਂ ਪਿਆਰ ਕਰਦੇ ਤਾਂ ਤੈਨੂੰ ਜ਼ਿਆਦਾ ਜਾਣੇ ਪਿਆਰ ਕਰਦੇ ਆ, ਉਹਨਾਂ ਦੀ ਤੂੰ ਸੁਣ ਕੀ ਉਹ ਆਉਂਦੇ ਆ। ਆਹ ਇੱਕ ਭੈਣ ਦਾ ਕਮੈਂਟ ਆਇਆ ਵੀ ਆਪਾਂ ਹਰਗੁਣ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਆਪਾਂ ਹਰਗੁਣ ਨੂੰ ਮਿਲਣਾ ਆ, ਤੁਹਾਡਾ ਘਰ ਕਿੱਥੇ, ਅਸੀਂ ਵੀ ਬਟਾਲੇ ਤੋਂ ਹਾਂ। ਦੀਦੀ ਜੀ ਤੁਸੀਂ ਮੇਰੀ ਇੰਸਟਾਗ੍ਰਾਮ 'ਤੇ ਮੈਸੇਜ ਕਰ ਲਿਓ, ਉੱਥੇ ਤੁਹਾਨੂੰ ਮੈਂ ਆਪਣੇ ਘਰ ਦੀ ਜਿਹੜੀ ਲੋਕੇਸ਼ਨ ਸੈਂਡ ਕਰ ਦਾਂਗਾ, ਅਤੇ ਤੁਸੀਂ ਆ ਜਾਓ, ਵੈਲਕਮ, ਠੀਕ ਹੈ, ਜਦੋਂ ਮਰਜ਼ੀ ਆ ਜਾਇਓ, ਠੀਕ ਆ। ਇੱਕ ਵਾਰੀ ਬਸ ਮੈਨੂੰ ਇੰਸਟਾਗ੍ਰਾਮ 'ਤੇ ਤੁਸੀਂ ਨਾ ਮੈਸੇਜ ਕਰਕੇ ਆ ਜਾਇਓ, ਠੀਕ ਆ, ਵੀ ਵੀਰੇ ਤੁਸੀਂ ਘਰੇ ਜੇ, ਅਤੇ ਫਿਲਹਾਲ ਤਾਂ ਮੈਂ ਵੈਸੇ ਘਰੇ ਹੀ ਹਾਂ, ਥੋੜ੍ਹੇ ਕੁ ਦਿਨ ਤੱਕ ਮੈਂ ਘਰੇ ਹੀ ਹਾਂ, ਠੀਕ ਆ। ਮੈਂ ਇੰਸਟਾਗ੍ਰਾਮ ID ਆਪਣੀ ਮੈਨਸ਼ਨ ਕਰ ਦਿੰਦਾ, ਜ਼ਰੂਰ ਆਇਓ, ਜੇ ਨਾ ਮੈਨਸ਼ਨ ਹੋਵੇ ਤਾਂ ਮੇਰੇ ਇੰਸਟਾਗ੍ਰਾਮ ਦੀ ID ਵੀ ਨਾਮ ਸੇਮ ਹੀ ਨਾਮ ਆ, ਦੀਪ ਮਠਾਰੂ। ਵੀਰ ਦਾ ਕਮੈਂਟ ਆਇਆ, ਗੱਡੀ ਤੂੰ ਵੇਚੀ, ਗੱਡੀ ਤੂੰ ਲਈ, ਸਾਨੂੰ ਕੀ ਦੱਸਦਾ ਵੀਰੇ? ਮੈਂ ਤੁਹਾਨੂੰ ਨਹੀਂ ਦੱਸ ਰਿਹਾ, ਜਿਹੜੇ ਮੈਨੂੰ ਪੁੱਛ ਰਹੇ ਨੇ ਮੈਂ ਉਹਨਾਂ ਨੂੰ ਦੱਸ ਰਿਹਾ ਜਿਨ੍ਹਾਂ ਨੇ ਮੈਨੂੰ ਪਹਿਲਾਂ ਕਮੈਂਟ ਕੀਤਾ, ਮੈਂ ਤਾਂ ਤੁਹਾਨੂੰ ਵੀਰ ਦੱਸਿਆ ਨਹੀਂ, ਜਿਹੜੇ ਮੈਨੂੰ ਪਹਿਲਾਂ ਪੁੱਛ ਰਹੇ ਮੈਂ ਉਹਨਾਂ ਨੂੰ ਦੱਸ ਰਿਹਾ। ਨਹੀਂ ਨਹੀਂ ਦੀਦੀ, ਮੈਂ ਟੈਨਸ਼ਨ ਨਹੀਂ ਲੈਂਦਾ ਵੀ, ਟੈਨਸ਼ਨ ਮੰਮੀ ਲੈ ਜਾਂਦੇ, ਮੈਂ ਟੈਨਸ਼ਨ ਨਹੀਂ ਥੋੜ੍ਹੀ ਕੀਤਾ ਲੈਂਦਾ ਵੀ, ਬਾਕੀ ਪਰਮਾਤਮਾ ਜੋ ਕਰੂਗਾ ਚੰਗਾ ਹੀ ਕਰੂਗਾ, ਮੇਰਾ ਵਾਹਿਗੁਰੂ। ਐਡੀ ਕੋਈ ਗੱਲ ਨਹੀਂ ਹੈਗੀ ਵੀ, ਇਹ ਗੱਲ ਹੈਗੀ ਜਦੋਂ ਤੁਹਾਡੇ ਵਰਗੇ ਭੈਣ ਭਰਾਵਾਂ ਦਾ ਸਾਥ ਹੋਵੇ ਨਾ ਅਤੇ ਥੋੜ੍ਹੀ ਕਿਤਿਆਂ ਬੰਦਾ ਜਿਹੜਾ ਮਾਰ ਨਹੀਂ ਖਾਂਦਾ, ਜਦੋਂ ਤੁਹਾਡੇ ਹੁਣ ਮੈਂ ਕਮੈਂਟ ਪੜ੍ਹੇ ਬੜਾ ਮਨ ਨੂੰ ਖੁਸ਼ੀ ਹੋਈ, ਜਦੋਂ ਬੰਦਾ ਇਹਦਾ ਮਨ ਜਿਹੜਾ ਡਾਵਾਂ ਡੋਲ ਹੋਵੇ ਨਾ, ਉਦੋਂ ਮੈਂ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਕਮੈਂਟ ਪੜ੍ਹ ਦੇਣਾ ਜਿਹੜੇ ਚੰਗੇ ਚੰਗੇ ਕਮੈਂਟ ਕਰਦੇ ਨੇ, ਅਤੇ ਆਪੇ ਮਨ ਜਿਹੜਾ ਖੁਸ਼ ਹੋ ਜਾਂਦਾ ਹੈ ਕਿ ਹਾਂ ਭੈਣ ਇਹ ਤਾਂ ਗੱਲ ਤੁਹਾਡੀ ਸਹੀ ਹੈ। ਦੀਦੀ ਹੋਣੀ ਕਹਿੰਦੇ ਨੇ ਇਗਨੋਰ ਕਰਿਆ ਕਰੋ, ਬਾਬਾ ਨਾਨਕ ਤੁਹਾਡੇ ਨਾਲ ਆ। ਦੀਦੀ ਕਈ ਵਾਰੀ ਕੀ ਹੁੰਦਾ ਆ, ਇਗਨੋਰ ਬੰਦਾ ਇੱਕ ਵਾਰੀ ਕਰ ਦਿਉ, ਦੋ ਵਾਰੀ ਕਰ ਦਿਉ, ਤਿੰਨ ਵਾਰੀ ਕਰ ਦਿਉ, ਕਿੰਨੀ ਕੁ ਵਾਰੀ ਦੀਦੀ ਇਗਨੋਰ ਬੰਦਾ ਕਰੀ ਜਾਵੇ, ਹੈ ਨਾ, ਅਤੇ ਕਿੰਨੀ ਕੁ ਵਾਰੀ ਕਰੇ ਫਿਰ ਆਪਣੇ ਜਿਹੜੇ ਬਹੁਤ, ਮੈਂ ਇਹ ਨਹੀਂ ਗੱਲ ਕਰਨਾ ਚਾਹੁੰਦਾ, ਆਪਣੇ ਜਿਹੜੇ ਦੋ ਚਾਰ ਜਣੇ ਜਿੱਦਾਂ ਮੈਂ ਅੱਗੇ ਵੀ ਗੱਲ ਕੀਤੀ ਵੀ ਆਪਣੇ ਮਾਰਦੇ, ਆਪਣੇ ਜਿਹੜੇ ਟੈਗ ਕਰਕੇ ਮੁੜ ਕੇ ਵੀਡੀਓ ਭੇਜਦੇ ਨੇ, ਫਿਰ ਦੋ ਚੀਜ਼ਾਂ ਦਾ ਦੁੱਖ ਜਿਹਾ ਲੱਗਦਾ ਵਾ, ਮਤਲਬ ਮੁੱਕਦੀ ਗੱਲ ਇਹ ਆਪਣੇ ਲੱਤਾਂ ਖਿੱਚੀ ਜਾਂਦੇ ਨੇ। ਚਲੋ ਕੋਈ ਗੱਲ ਨਹੀਂ, ਜੇ ਤੁਸੀਂ ਕਹਿੰਦੇ ਇਗਨੋਰ ਕਰੋ, ਕੋਈ ਗੱਲ ਨਹੀਂ, ਕਰੀ ਜਾਂਦੇ ਹਾਂ, ਅਤੇ ਬਾਕੀ ਇੱਦਾਂ ਦੀ ਗੱਲ ਨਹੀਂ, ਪਰਮਾਤਮਾ ਨਾ ਮਾਰੇ, ਅਤੇ ਬੰਦਾ ਤਾਂ ਜਿਹੜਾ ਉਹ ਤਾਂ ਕਿਹੜੇ ਵੇਲੇ ਕਹਿੰਦਾ ਵੀ ਫਲਾਣਾ ਬੰਦਾ ਮਰ ਜੇ। ਬਿਲਕੁਲ ਬਿਲਕੁਲ, ਮੈਂ ਦੀਦੀ ਮੈਂ ਇਹ ਨਹੀਂ ਕਹਿੰਦਾ ਮੈਂ ਹੰਕਾਰ ਕਰਦਾ ਜਾਂ ਨਹੀਂ ਕਰਦਾ, ਇਹ ਤਾਂ ਚਲੋ ਤੁਹਾਨੂੰ, ਇਹ ਤੁਹਾਡੀ ਜਜਮੈਂਟ ਆ, ਪਤਾ ਨਹੀਂ ਮੈਂ ਕਰਦਾ ਨਹੀਂ, ਆਪਣੇ ਵੱਲੋਂ ਤਾਂ ਮੈਂ ਨਹੀਂ ਕਰਦਾ ਵੀ ਕੋਈ ਵੀ ਚੀਜ਼, ਭਾਵੇਂ ਚਾਹੇ ਉਹ ਛੋਟੀ
हरमन धन्यवाद जी, धन्यवाद। तुम कितने रेंदे जी महाराज? चलो कोई नहीं, बाबा नानक मेहर रखी, मिल के जरूर जावे जे कि सच्चे पातशाह ने टाकरे करते कि रस्ते में। जे तुहाडा फस्ट कमेंट है तो मैं वेख लवर वीडियो के रिप्लाई करता। सो थैंक यू परमात्मा चढ़ती कला में रखे थानू ही जिन्होंने जल्दी जल्दी पहला व्यू तो पहला कमेंट किया। एक भैन का कमेंट जरा नहीं, मम्मी बहुत वधिया है, नाम मैं ना पता नहीं लैना आवे कहना भवनीत कौर आ शायद ना, तो बड़ा वधिया बोलिया उन्होंने, कहते वीरे टेंशन नहीं लैनी हुई, गुरु रामदास जरा नहीं मेहर करे धन्यवाद कर दो। धन्यवाद जी, चलो भला करे, चलो परमात्मा हर कदा करे बिल्कुल। बहुत वधिया लगा कमेंट वीरे, शॉर्ट वीडियो स्टार्ट कर दो वीरे। मैं कभी कभी शॉर्ट भी पाँगा होना, ज्यादा नहीं पाँगा, कभी कभी पाँगा होना, मैंने हाँ पता लग गया वो भी कहते मोनोटाइजेशन ऑन हो गई है, मुकदी गल ये आ। सो अज बहुत ज्यादा कमेंटा का रिप्लाई किया, बड़ा चंगा लगे अज मैं भी। तो एक बार फिर तो बाबा नानक चढ़ती कला में रखे तुम सारे मम्मी जी हुई पी रहे हैं चाह, तो संदीप भी पी रही है चाह। हाँ सच तुम एक चीज़ दसनी सी, तो आप जिम ज्वाइन जी कर देखो कि टाइम जाने कि टाइम नहीं, जिम भी काफ़ी दूर आ, पहला इन्हू छड़न जाया करना, उतों लैके आया करना, इतों हैगी हसीर पुल वाल वागे जाके। मम्मी मैं इदा ने कहने लिपस्टिक नहीं अपन सजा के लाइया वे, जिदा इन्हें हरगुण दिया दवाइया लाइया चल सामने भी गल सही। मैं देख लो जी चीज़ तेजे कमेंटा कमेंट में पढ़ना, जी चीज़ मैंने चंकी लगी लगती मैं थोड़ा कहना भी वो चीज़ मानता। मैं मैंने ना पहला नहीं पता भी इदा गुड़िया का बैग भी आता, पर नहीं पता सीधी जी गल यार जितने इन्ने खर्चे कर लिए थे मैंने, कई ने मैं भी गल कही वीरे तू जान के लै रहा, मैंने नहीं ही पता। जो मैं फिर चंकी तरह कमेंट कमुंट पढ़े दो चार, तो कहते बैग आता वो कि दवाइया भी रखी जाने, गुड़िया की बोतल भी रखी जानी, दुध की कपड़े भी रखे जाने। और फिर दुकान तो संदीप ने पूछा कहती हाँ मिलता है, तो फिर आप बैग जो लिया तो टोकरी हूँ आ पई रही है ये बस हम कल आप ऑनलाइन कोई समान गुड़िया का आता, जो होर कोई समान आता वो चक के पा देता है, तो जोड़ा ज़्यादा जरूरी समान आता वो उस बैग के आप जी पा के रख लेकअप है। मेकअप किट कि स्टेशन जी रह गई मेकअप किट नहीं हूँ कितने तो असी भी जरा डॉक्टर साहब ने आख्या घट लाया करो भी गुड़िया वास्ते हम बिल्कुल आप नत्ती रखिया तो नाल दरवाजा खुला है हल्की जी ठंड एवं माड़ी जी एकदम ना पता नहीं की गल हुई पहला आप एसी जरा नहीं भी पच्ची से भी ला लेंगे रहे हैं पता नहीं एक दिन की गल हुई गुड़िया के पैर नीचे जो फिर डॉक्टर साहब ने कहा भी 28-29 की एसी ला के रखा करो हूँ आप इन्ने तो लाना शुरू कर दिता तो हूँ उदा ठीक रही बड़ी वधिया है मैं लगता खून खान घट होना वा एक गाना बड़ा सोहना ना मैनु धी दे के रब ने जिम्मेवारी लाई तो मैं जिम्मेवारी दी जना नभा के जाऊँगा गाना वाकया बड़ा सोहना है मैं अपनी धी नू प्यार नाल कहना ना ये मेरा गज्जा तो जी हाँ संदीप है वह कहूगी सोना बगा क्या कहता है ना इदा सोनू मेरा सोनू शेर नू अजे हुणे सोया सी ते शेर फिर उठ खलोता 10 मिंट ही सोना सिर दुध कड़ता ही लल्ला मेरे उत्ते इन्हें अगे मैं लोग कही जाने कमीज ने किन्ने दिनों अगे पाई नू तू मेरी कमीज लपेटती है भरावा एक जना कहना तेन किन्ने दिनों अगे मैं कल तो अजे भरा पाई को लोग जो पाई अजे कल ही है बोलता नहीं वह पिछले च आखे होना जा फिर हाँ जी बोल देने हो गया मन हौला ऐदा प्यारे बच्चे बन के बहीदा किदा बहीदा भला इधर प्यारे बच्चे हम गल समझ आती है ना हम हाँ। पता लग जाता मेरा ना आया चल जा दादी दादी को जाना चल जा लिया इन्हें फड़ो चल जाओ दादी को दादी को जाओ दादी को दादी को जाओ 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 हाँ जी दादी को चल गए जी दादी को चल गए जी ओ ये भी पानी भर दिए भी गंदा हो गया इन साफ करके ना उदा भी पानी ठंडा रहता ये बूटे नूं पा दे बूटा सुक्या भर लिया चाहता थोड़ा जिहा ना बूटियां नूं दे दिंदे आ ज्यादा भरिया तो नहीं बंबरा हुण इन्ना भर के इत्थे रख दिंदे
ਸਾਡੇ ਉਹ ਕੰਮ ਵਾਲੇ ਨਾ ਕੰਮ ਕਰਦੇ ਨੇ ਇੱਥੇ ਅਤੇ ਉਹਨਾਂ ਨੂੰ ਕੋਈ ਮਸ਼ੀਨ ਖਰਾਬ ਹੋ ਗਈ ਅਤੇ ਵਿਚਾਰੀ ਡਰਦੀ ਡਰਦੀ ਕਹਿਣ ਡੇ ਮਸ਼ੀਨ ਖਰਾਬ ਹੋ ਗਈ। ਮੈਂ ਮਸ਼ੀਨ ਤਾਂ ਕਿਸੇ ਕੋਲ ਵੀ ਖਰਾਬ ਹੋ ਸਕਦੀ, ਸਾਡੇ ਕਿਵੇਂ ਹੋ ਸਕਦੀ ਕਿਸੇ ਦੇ ਕੋਲ, ਤਾਰ ਕਿੱਥੇ ਹਟ ਗਈ। ਹੋ ਕਿੰਨੀ ਗੰਦਗੀ ਹੈ ਧੋਣ ਵਾਲੇ 'ਚ ਵੀ। ਚਲੇ ਮੰਮੀ ਨੂੰ ਧੁੱਪੇ ਰੱਖੀ ਅਤੇ ਮੈਨੂੰ ਚੇਤਾ ਭੁੱਲ ਚੱਲਿਆ ਜਿਹਦੇ ਕੰਮ ਕਰਨ ਵਾਸਤੇ ਆਇਆ ਅਤੇ ਉਹਦਾ ਯਾਦ ਹੀ ਭੁੱਲ ਗਏ। ਆਹ ਪਾਪੜ ਖਾਂਦੇ ਹੁੰਦੇ ਹਾਂ ਬਚਪਨ ਦੇ ਵਿੱਚ, ਤੂੰ ਖਾਧਾ ਕਦੀ ਕਿ ਨਹੀਂ? ਹਾਲੇ ਇੱਕ ਤੇਰਾ ਇਹਨਾਂ ਉੱਪਰਲਾ, ਮੇਰਾ ਇੱਕ ਖਾਲਾ ਮੇਰਾ। ਇਹ ਗੰਜਾ ਕਿੱਧਰ ਆਇਆ? ਬਾਹਰ ਆਇਆ ਘੁੰਮਣ? ਕਿੱਥੇ ਆਇਆ, ਕਿੱਥੇ ਆਇਆ? ਕੀ ਖਾਣ ਡਿਆ ਇਹ? ਕੀ ਖਾਣ ਡਿਆ ਹੈਂ? ਇਹ ਖਾਣ ਡਿਆ ਵਾ, ਕੀ ਖਾਣ ਡਿਆ ਇਹ ਦੱਸ? ਕਾਲੇ ਚਣੇ ਲੱਗੇ ਬਾਨਣ 'ਚ। ਆਹ ਕੜਾਹੀ ਵਿੱਚ ਨਾ ਵੱਖਰੀ ਸਬਜ਼ੀ ਬਣਾਈ, ਬੜੀ ਚਲਾਕ ਹੀ ਵਿਖਾ ਸਹੀ ਭਰਾ ਕਾਹਦੀ ਸਬਜ਼ੀ ਇੱਕ ਮਿੰਟ ਇਹ ਕਾਹਦੀ ਹੈ? ਇਹ ਸੰਦੀਪ ਕਾਹਦੀ ਕੋਲ? ਚਣੇ ਆ ਚਲ, ਤਾਂ ਪਾਪੜ ਪਾਤਾ ਵਿੱਚ। ਨਹੀਂ ਨਹੀਂ ਆਹ ਆਹ ਸਬਜ਼ੀ ਚਣਿਆਂ ਦੀ, ਇਹ 'ਚ ਕਾਹਦੀ? ਅੱਛਾ ਅਤੇ ਆਹ ਸੁੱਕੇ? ਅੱਛਾ ਅੱਛਾ ਅੰਗੂਰ? ਅੱਛਾ ਅੱਛਾ ਠੀਕ ਆ। ਡੈਡੀ ਕਿੱਥੇ ਗਏ ਆ? ਡੈਡੀ ਲਾਦ ਪਾਠ ਪਾਠ ਕਰਨ ਡੇ। ਮੰਮ ਪੀ ਲਿਆ ਸੀ? ਨੀ ਮੰਮ ਪੀ ਲਿਆ ਸੀ ਬਾਬੂ ਨੇ। ਕੀ ਖਾਣਾ ਹੈ? ਕਹਿੰਦੇ ਕੱਲ੍ਹ ਤਾਂ ਜਿੰਮ ਸ਼ੁਰੂ ਹੋ ਜਾਣੀ ਆ, ਅੱਜ ਇੱਕ ਦਿਨ ਬਰਗਰ ਲਿਆ ਦਾ, ਅੱਜ ਬਰਗਰ ਖਾ ਲਾਂਗੇ। ਇਹ ਤਾਂ ਕੁਛ ਨਹੀਂ ਹਾਲ ਇਹਦਾ। ਕਿਹਦਾ ਨੰਬਰ? ਬਰਗਰ ਵਾਲੇ ਦਾ ਨੰਬਰ ਹੈ ਨਹੀਂ ਆ? ਨਹੀਂ ਹੈਗਾ। ਉਹਦਾ ਨੰਬਰ ਨਹੀਂ ਹੈਗਾ ਮੇਰੇ ਕੋਲ ਮੇਰੇ ਹਿਸਾਬ ਨਾਲ ਬਹੁਤਾ ਨੀ, ਤੇ ਦੋ ਜਾਂ ਤਿੰਨ ਮਹੀਨੇ ਹੋ ਗਏ ਹੋਣੇ ਹਨਾ। ਚੱਲ ਤੁਸੀਂ ਤਿੰਨ ਮਹੀਨੇ ਮੰਨ ਕੇ ਚੱਲੋ, ਜ਼ਿਆਦਾ ਮੈਨੂੰ ਪਤਾ ਨਹੀਂ, ਜਦੋਂ ਤੱਕ ਮੇਰੇ ਦਿਮਾਗ ਦੇ ਚਾਰ ਤਿੰਨ ਮਹੀਨੇ ਹੋ ਗਏ ਬਰਗਰ ਨਹੀਂ ਖਾਧਾ ਕਦੀ। ਨਹੀਂ ਕੱਲ੍ਹ ਤੋਂ ਕਿ ਜਿੰਮ ਸ਼ੁਰੂ ਹੋਏਗਾ, ਅੱਜ ਬਰਗਰ ਖਵਾ ਦਿਓ ਹੈਂ। ਨਾਲੇ ਕਾਫੀ ਜਾਣੇ ਕਹਿੰਦੇ ਸੰਦੀਪ ਲੋਕਾਂ 'ਚ ਬੋਲਦੀ ਨਹੀਂ ਆ, ਅਤੇ ਦੱਸ ਕੁਝ ਉਹਦੇ ਬਾਰੇ ਚਾਨਣਾ ਪਾਓ ਹੈਂ। ਲੈ ਸਹੀ ਗੱਲ ਆ, ਮੈਂ ਤਾਂ ਨਹੀਂ ਜ਼ਿਆਦਾ ਬੋਲਦੀ ਕਿ ਤੁਸੀਂ ਫਿਰ ਕਹਿਣਾ ਹੈ ਕਿ ਸੰਦੀਪ ਬਾਹਲਾ ਹੀ ਬੋਲਦੀ ਆ। ਫੜਦਾ ਫੜਦਾ ਫੋਨ ਚੱਲ ਵਲੌਗਿੰਗ ਕਰੋ। ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ? ਟੀਕੋ ਬੋਲੋ। ਇਹ ਫੜਦਾ 28 ਤੇ ਲਾਈ ਹੋਈ, ਕਿੰਨੇ 28 ਤੇ? ਅੱਛਾ ਨਹੀਂ ਉਹ ਆ ਜਿਹੜੀ ਮਤਲਬ ਠੀਕ ਕਰਵਾਈ ਆ। ਅੱਛਾ ਗਲਾ ਜਿਹੜਾ ਲਾਉਂਗੇ ਗਾ ਜ਼ਿਆਦਾ? ਅੱਛਾ
ਚਲ ਉਹਨੇ ਵਧੀਆ ਕਰਤਾ ਵਿਚਾਰੇ ਨੇ ਡਿਜ਼ਾਈਨ ਜਿਹਾ ਪਾ ਕੇ ਗਲਾ ਜਿਹੜਾ ਇਹਨੇ ਠੀਕ ਕਰਤਾ ਹਨਾ ਅੱਛਾ ਡੀਪ ਹੋਣਾ ਨਾ ਗਲਾ ਜ਼ਿਆਦਾ ਅੱਛਾ ਇਹ ਜਿਹੜੀ ਇਹ ਫਰਾਕ ਦਾ ਰੇਟ ਕਈ ਜਣੇ ਪੁੱਛ ਰਹੇ ਸੀਗੇ ਇਹ ਆਪਾਂ ਮੰਗਵਾਈ ਆ 1150 ਦੀ ਪਤਾ ਨਹੀਂ 1100-1200 ਦੀ 1170 ਦੀ ਚੱਲ ਵਧੀਆ ਆ ਗਿਆ ਤੁਸੀਂ ਵੀ ਲੈਣੀ ਕੋਈ ਫਰੋਕ ਹੈ ਫਰੋਕ ਲੈਣੀ ਤੁਸੀਂ ਹੈ ਬੋਲ ਲੈਣੀ ਗੰਜਾ ਇਹ ਤਾਂ ਗੰਜਾ ਚਲੋ ਸਹੀ ਆ ਕਰ ਲਿਆ ਪਾਠ ਅੱਗੇ ਅਸੀਂ ਕਰ ਕਰਨਾ ਡੈਡੀ ਦਾ ਡਾਇਲੋਗ ਸਤਿ ਸ਼੍ਰੀ ਅਕਾਲ ਭੈਣ ਜੀ ਮੈਂ ਸੁਣ ਭੈਣ ਜੀ ਬਲਬ ਜਗਣ ਦੇ ਮੈਂ ਚੱਲਿਆ ਸੀ ਬਰਗਰ ਲੈਣ ਵਾਸਤੇ ਕਿੰਨੇ ਚਿਰਾਂ ਬਾਅਦ ਮੰਗਿਆ ਮੈਂ ਚਲੋ ਲਿਆ ਦਿੰਦੇ ਅੱਜ ਚੱਲਿਆ ਜੀ ਮਹਾਰਾਜ ਆਟਾ ਬੰਨਣ ਦੀ ਸੰਦੀਪ ਜਾਣ ਡਿਆ ਬਾਜ਼ਾਰ ਇੱਧਰ ਤੇ ਪਹਿਲਾਂ ਗੋਲਾ ਇੱਕ ਮਿਲਦਾ ਹੁੰਦਾ ਬੜਾ ਵਧੀਆ ਟੇਸਟੀ ਹੁੰਦਾ ਸੀ ਹੁਣ ਪਤਾ ਨਹੀਂ ਮਿਲਦਾ ਹੀ ਨਹੀਂ ਉਹ ਬਰਫ਼ ਦਾ ਗੋਲਾ ਮੇਰਾ ਉਹ ਫੇਵਰੇਟ ਹੁੰਦਾ ਸੀ ਅਤੇ ਉਹ ਹੁਣ ਮਿਲਦਾ ਨਹੀਂ ਇੱਥੇ ਲੱਗਦਾ ਹੁੰਦਾ ਸੀ ਇੱਥੇ ਕਿਤੇ ਰੇੜੀ ਗੁਰਦਾਸਪੁਰ ਰੋਡ ਦੇ ਚੰਗੀਆਂ ਰੌਣਕਾਂ ਲੱਗੀਆਂ ਅਸੀਂ ਅੰਦਰੋਂ ਅੰਦਰੀ ਘਰਾਂ 'ਚ ਵੜੇ ਹਾਂ ਇੱਧਰ ਦੇ ਇਹ ਆ ਵੀ ਸ਼ਾਮ ਨੂੰ ਲੋਕ ਨਿਕਲਦੇ ਨੇ ਬਾਜ਼ਾਰ ਬਰਗਰ ਤਾਂ ਕਰਵਾ ਲਿਆ ਵਾ ਪੈਕ ਆਪਣੇ ਜੋਗਾ ਕੋਈ ਖਾਣ ਨੂੰ ਲਿਆ ਵੀ ਅਤੇ ਆਪਣਾ ਵੈਸੇ ਦਿਲ ਵੀ ਨਹੀਂ ਅੱਜ ਕਰਨ ਡਿਆ ਆਪਾਂ ਰੋਟੀ ਖਾਵਾਂ ਘਰ ਜਾ ਕੇ ਹੈ ਨਹੀਂ ਮਿਲਿਆ ਨਹੀਂ ਹੈ ਨਹੀਂ ਮਿਲਿਆ ਲੈ ਮੁੱਕ ਗਿਆ ਮੁੱਕ ਗਿਆ ਮੈਨੂੰ ਪਤਾ ਲੱਗ ਗਿਆ ਕੀ ਵੇਹਣਾ ਵਾ ਓ ਖਾਂ ਕੀ ਆ ਕੀ ਵੇਹਣਾ ਮੇਰੇ ਵੱਲ ਨੂੰ ਇਹ ਕਿਹੜੀ ਮਸ਼ੀਨ ਚੱਲਣ ਦੀ ਖੁੱਲਿਆ ਯਾਰਾ ਤੈਨੂੰ ਮੈਂ ਦੱਸਦਾ ਖੁੱਲਿਆ ਯਾਰਾ ਮੈਂ ਆਵਾਂ ਤੇਰੇ ਵੱਲ ਖੁੱਲਿਆ ਯਾਰਾ ਤੂੰ ਤੂੰ ਮਾਰਦਾ ਨਾ ਦਾਦੀ ਨੂੰ ਖੁੱਲਿਆ ਯਾਰਾ ਅੱਜ ਦਾ ਵਲੋਗ ਕਾਫੀ ਜ਼ਿਆਦਾ ਲੰਬਾ ਹੋ ਗਿਆ ਅਤੇ ਹੁਣ ਇੱਥੇ ਸਮਾਪਤੀ ਕਰਦੇ ਹਾਂ ਅੱਜ ਦੇ ਵਲੋਗ ਦੀ ਜੇ ਅੱਜ ਦਾ ਵਲੋਗ ਵਧੀਆ ਲੱਗਾ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਰਗਰਮੀ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਨੈਕਸਟ ਵਲੋਗ 'ਚ ਵਧੀਆ ਵਲੋਗ ਲੈ ਕੇ